ਸੜਕ 'ਤੇ ਪਲਟੀ ਸੇਬਾਂ ਨਾਲ ਭਰੀ ਗੱਡੀ, ਗਾਂ ਨੂੰ ਬਚਾਉਂਦੇ ਹੋਇਆ ਹਾਦਸਾ, ਹਾਈਵੇ 'ਤੇ ਹੀ ਖਿੱਲਰ ਗਏ ਸੇਬ। ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਸ਼੍ਰੀਨਗਰ ਤੋਂ ਸੇਬਾਂ ਨਾਲ ਭਰੀ ਹੋਈ ਆ ਰਹੀ ਗੱਡੀ ਡਿਵਾਈਡਰ 'ਤੇ ਜਾ ਚੜ੍ਹਦੀ ਹੈ ਅਤੇ ਜਿਸ ਤੋਂ ਬਾਅਦ ਹਾਈਵੇ 'ਤੇ ਸੇਬ ਹੀ ਸੇਬ ਖਿੱਲਰ ਜਾਂਦੇ ਨੇ। ਤੁਹਾਨੂੰ ਦੱਸ ਦਈਏ ਕਿ ਇਹ ਸਵੇਰ ਦੇ ਸਮੇਂ ਦੀ ਘਟਨਾ ਹੈ, ਜਿਸ ਵੇਲੇ ਸੇਬਾਂ ਨਾਲ ਭਰੀ ਹੋਈ ਗੱਡੀ ਨੂੰ ਡਰਾਈਵਰ ਚਲਾ ਰਿਹਾ ਸੀ ਅਤੇ ਰਾਹ ਦੇ ਵਿੱਚ ਇੱਕਦਮ ਹੀ ਉਸਦੇ ਅੱਗੇ ਇੱਕ ਗਾਂ ਆ ਜਾਂਦੀ ਹੈ ਅਤੇ ਦੂਸਰੇ ਪਾਸੇ ਰੇਤਾਂ ਨਾਲ ਭਰੇ ਹੋਏ ਟਿੱਪਰ ਲੰਘ ਰਹੇ ਹੁੰਦੇ ਨੇ। ਹਾਲਾਂਕਿ ਵੱਡਾ ਹਾਦਸਾ ਹੋਣ ਤੋਂ ਬਚ ਗਿਆ, ਜੇ ਗੱਡੀ ਟਿੱਪਰਾਂ ਦੇ ਨਾਲ ਜਾਂ ਟਕਰਾਉਂਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ, ਪਰ ਇੱਕ ਜਾਨਵਰ ਨੂੰ ਬਚਾਉਂਦੇ ਹੋਏ, ਗਾਂ ਨੂੰ ਬਚਾਉਂਦੇ ਹੋਏ ਚਾਲਕ ਨੇ ਡਿਵਾਈਡਰ ਵੱਲ ਨੂੰ ਗੱਡੀ ਪਾਈ, ਜਿਸ ਤੋਂ ਬਾਅਦ ਗੱਡੀ ਡਿਵਾਈਡਰ 'ਤੇ ਚੜ੍ਹ ਗਈ ਅਤੇ ਸੇਬਾਂ ਨਾਲ ਲੱਦੀ ਹੋਈ ਇਹ ਗੱਡੀ ਪਲਟ ਗਈ। ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਸੇਬਾਂ ਦਾ ਜੋ ਹੈ ਡਿਵਾਈਡਰ 'ਤੇ ਨੁਕਸਾਨ ਹੋਇਆ ਹੈ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਗੱਡੀ ਦੇ ਵਿੱਚ ਜੋ 100 ਤੋਂ ਵੀ ਵੱਧ ਸੇਬ ਸੀਗੇ ਉਹ ਖਿੱਲਰ ਗਏ ਔਰ ਸੇਬਾਂ ਦਾ ਨੁਕਸਾਨ ਡਿਵਾਈਡਰ ਦੇ ਨਾਲ ਟਕਰਾਉਣ ਤੋਂ ਬਾਅਦ ਹੋਇਆ ਹੈ। ਪਰ ਉੱਥੇ ਹੀ ਕਹਿ ਸਕਦੇ ਹਾਂ ਕਿ ਇੱਕ ਗਾਂ ਨੂੰ ਬਚਾਉਂਦੇ ਹੋਏ ਡਰਾਈਵਰ ਦੇ ਵੱਲੋਂ ਜੋ ਗੱਡੀ ਸੀ ਆਪਣੀ ਉਹ ਡਿਵਾਈਡਰ ਨੂੰ ਵੱਲ ਨੂੰ ਜਾਣ ਦਿੱਤੀ ਕਿ ਤਾਂ ਜੋ ਉੱਧਰ ਟਿੱਪਰਾਂ ਨਾਲ ਵੀ ਗੱਡੀ ਨਾ ਟਕਰਾਏ ਅਤੇ ਨਾ ਹੀ ਗਾਂ ਨੂੰ ਕੋਈ ਨੁਕਸਾਨ ਪਹੁੰਚੇ। ਪਰ ਹਾਲਾਂਕਿ ਉੱਥੇ ਮੌਜੂਦ ਸਥਾਨਕ ਲੋਕ ਮੌਕੇ 'ਤੇ ਇਕੱਠਾ ਹੋ ਗਏ, ਜਿਨ੍ਹਾਂ ਨੇ ਡਰਾਈਵਰ ਦੀ ਮਜਬੂਰੀ ਸਮਝਦੇ ਹੋਏ ਉਸਦੀ ਮਦਦ ਕੀਤੀ। ਹਾਲਾਂਕਿ ਅਸੀਂ ਅਕਸਰ ਦੇਖਦੇ ਹਾਂ ਸੋਸ਼ਲ ਮੀਡੀਆ 'ਤੇ ਕਈ ਅਜਿਹੀਆਂ ਵੀਡੀਓਜ਼ ਆਉਂਦੀਆਂ ਨੇ ਜਿਸ 'ਚ ਅਕਸਰ ਲੋਕ ਅਜਿਹੀ ਸਥਿਤੀ ਦੌਰਾਨ ਚੀਜ਼ਾਂ ਦੀ ਲੁੱਟ ਕਰ ਲੈਂਦੇ ਨੇ, ਉੱਥੋਂ ਲੈ ਕੇ ਭੱਜ ਜਾਂਦੇ ਨੇ, ਪਰ ਸਥਾਨਕ ਲੋਕਾਂ ਨੇ ਡਰਾਈਵਰ ਦੀ ਮਜਬੂਰੀ ਸਮਝੀ ਅਤੇ ਉਸਦੀ ਮਦਦ ਕੀਤੀ। ਹਾਲਾਂਕਿ ਸੜਕ 'ਤੇ ਚਾਰ ਚੁਫੇਰੇ ਹਰ ਪਾਸੇ ਸੇਬ ਖਿੱਲਰ ਗਏ ਸੀ, ਉਹਨਾਂ ਨੇ ਮੌਕੇ 'ਤੇ ਉਸਦੀ ਮਦਦ ਕਰਦੇ ਹੋਏ ਸਭ ਸੇਬ ਇਕੱਠੇ ਕੀਤੇ ਅਤੇ ਉਸਦੀ ਮਦਦ ਕੀਤੀ। ਅਤੇ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਗਾਂ ਨੂੰ ਬਚਾਉਂਦੇ ਹੋਏ ਇੱਕ ਸੇਬਾਂ ਨਾਲ ਭਰੀ ਹੋਈ ਗੱਡੀ ਡਿਵਾਈਡਰ 'ਤੇ ਜਾ ਚੜ੍ਹਦੀ ਹੈ ਅਤੇ ਉਸ ਤੋਂ ਬਾਅਦ ਗੱਡੀ ਪਲਟ ਜਾਂਦੀ ਹੈ। ਆਪਾਂ ਸ਼੍ਰੀਨਗਰ ਆਉਣ ਡਿਆ ਜੀ ਸੇਬ ਲੈ ਕੇ ਜੀ, ਅਤੇ ਉਹ ਚਾਂ ਜਾ ਕੇ ਫੁੱਟਬਾਲ ਦੇ ਨਾਗੋਂ ਜੀ ਗਾਈ ਨਿਕਲ ਆਈ ਜੀ। ਹਾਂਜੀ, ਦੂਸਰੀ ਸਾਈਡ 'ਤੇ ਟਿੱਪਰ ਆਉਣ ਡੇ ਜੀ ਰੇਤ ਵਾਲੇ ਜੀ। ਹਾਂਜੀ, ਜੇ ਇੱਧਰ ਨੂੰ ਕਰਦੇ ਫਿਰ ਆਪਣੀ ਸਾਰੀ ਗੱਡੀ ਦਾ ਨੁਕਸਾਨ ਹੈ ਜੀ, ਉਹਨਾਂ ਦਾ ਨਾਲ ਨੁਕਸਾਨ ਹੋਣਾ ਜੀ। ਉਹ ਗਾਈ ਦੇ ਬਚਾਉਣ ਚੱਕਰ ਫੁੱਟਬਾਲ ਨਾਲ ਲੱਗ ਗਈ ਜੀ। ਹਾਂਜੀ ਹਾਂਜੀ ਹਾਂਜੀ, ਮਾਲ ਥੋੜ੍ਹਾ ਜੀ 100 ਕਰੇਟ ਹੈ ਜੀ। ਹਾਂਜੀ, ਨਹੀਂ ਨਹੀਂ ਨੁਕਸਾਨ ਇਹੋ ਹੀ ਆ ਜੀ, ਬਸ ਤੁਹਾਡੇ ਸਾਹਮਣੇ ਹੀ ਹੈ ਜੀ। ਸੜਕ 'ਤੇ ਪਲਟੀ ਸੇਬਾਂ ਨਾਲ ਭਰੀ ਗੱਡੀ, ਗਾਂ ਨੂੰ ਬਚਾਉਂਦੇ ਹੋਇਆ ਹਾਦਸਾ, ਹਾਈਵੇ 'ਤੇ ਹੀ ਖਿੱਲਰ ਗਏ ਸੇਬ। ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਸ਼੍ਰੀਨਗਰ ਤੋਂ ਸੇਬਾਂ ਨਾਲ ਭਰੀ ਹੋਈ ਆ ਰਹੀ ਗੱਡੀ ਡਿਵਾਈਡਰ 'ਤੇ ਜਾ ਚੜ੍ਹਦੀ ਹੈ ਅਤੇ ਜਿਸ ਤੋਂ ਬਾਅਦ ਹਾਈਵੇ 'ਤੇ ਸੇਬ ਹੀ ਸੇਬ ਖਿੱਲਰ ਜਾਂਦੇ ਨੇ। ਤੁਹਾਨੂੰ ਦੱਸ ਦਈਏ ਕਿ ਇਹ ਸਵੇਰ ਦੇ ਸਮੇਂ ਦੀ ਘਟਨਾ ਹੈ, ਜਿਸ ਵੇਲੇ ਸੇਬਾਂ ਨਾਲ ਭਰੀ ਹੋਈ ਗੱਡੀ ਨੂੰ ਡਰਾਈਵਰ ਚਲਾ ਰਿਹਾ ਸੀ ਅਤੇ ਰਾਹ ਦੇ ਵਿੱਚ ਇੱਕਦਮ ਹੀ ਉਸਦੇ ਅੱਗੇ ਇੱਕ ਗਾਂ ਆ ਜਾਂਦੀ ਹੈ ਅਤੇ ਦੂਸਰੇ ਪਾਸੇ ਰੇਤਾਂ ਨਾਲ ਭਰੇ ਹੋਏ ਟਿੱਪਰ ਲੰਘ ਰਹੇ ਹੁੰਦੇ ਨੇ। ਹਾਲਾਂਕਿ ਵੱਡਾ ਹਾਦਸਾ ਹੋਣ ਤੋਂ ਬਚ ਗਿਆ, ਜੇ ਗੱਡੀ ਟਿੱਪਰਾਂ ਦੇ ਨਾਲ ਜਾਂ ਟਕਰਾਉਂਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ, ਪਰ ਇੱਕ ਜਾਨਵਰ ਨੂੰ ਬਚਾਉਂਦੇ ਹੋਏ, ਗਾਂ ਨੂੰ ਬਚਾਉਂਦੇ ਹੋਏ ਚਾਲਕ ਨੇ ਡਿਵਾਈਡਰ ਵੱਲ ਨੂੰ ਗੱਡੀ ਪਾਈ, ਜਿਸ ਤੋਂ ਬਾਅਦ ਗੱਡੀ ਡਿਵਾਈਡਰ 'ਤੇ ਚੜ੍ਹ ਗਈ ਅਤੇ ਸੇਬਾਂ ਨਾਲ ਲੱਦੀ ਹੋਈ ਇਹ ਗੱਡੀ ਪਲਟ ਗਈ। ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਸੇਬਾਂ ਦਾ ਜੋ ਹੈ ਡਿਵਾਈਡਰ 'ਤੇ ਨੁਕਸਾਨ ਹੋਇਆ ਹੈ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਗੱਡੀ ਦੇ ਵਿੱਚ ਜੋ 100 ਤੋਂ ਵੀ ਵੱਧ ਸੇਬ ਸੀਗੇ ਉਹ ਖਿੱਲਰ ਗਏ ਔਰ ਸੇਬਾਂ ਦਾ ਨੁਕਸਾਨ
ਡਿਵਾਈਡਰ ਦੇ ਨਾਲ ਟਕਰਾਉਣ ਤੋਂ ਬਾਅਦ ਹੋਇਆ ਹੈ। ਪਰ ਉੱਥੇ ਹੀ ਕਹਿ ਸਕਦੇ ਹਾਂ ਕਿ ਇੱਕ ਗਾਂਹ ਨੂੰ ਬਚਾਉਂਦੇ ਹੋਏ ਡਰਾਈਵਰ ਦੇ ਵੱਲੋਂ ਜੋ ਗੱਡੀ ਸੀ ਆਪਣੀ ਉਹ ਡਿਵਾਈਡਰ ਨੂੰ ਵੱਲ ਨੂੰ ਜਾਣ ਦਿੱਤੀ ਕਿ ਤਾਂ ਜੋ ਉੱਧਰ ਟਿੱਪਰਾਂ ਨਾਲ ਵੀ ਗੱਡੀ ਨਾ ਟਕਰਾਏ ਅਤੇ ਨਾ ਹੀ ਗਾਂਹ ਨੂੰ ਕੋਈ ਨੁਕਸਾਨ ਪਹੁੰਚੇ। ਪਰ ਹਾਲਾਂਕਿ ਉੱਥੇ ਮੌਜੂਦ ਸਥਾਨਕ ਲੋਕ ਮੌਕੇ 'ਤੇ ਇਕੱਠਾ ਹੋ ਗਏ, ਜਿਨ੍ਹਾਂ ਨੇ ਡਰਾਈਵਰ ਦੀ ਮਜਬੂਰੀ ਸਮਝਦੇ ਹੋਏ ਉਸਦੀ ਮਦਦ ਕੀਤੀ। ਹਾਲਾਂਕਿ ਅਸੀਂ ਅਕਸਰ ਦੇਖਦੇ ਹਾਂ ਸੋਸ਼ਲ ਮੀਡੀਆ 'ਤੇ ਕਈ ਅਜਿਹੀਆਂ ਵੀਡੀਓਜ਼ ਆਉਂਦੀਆਂ ਨੇ ਜਿਸ 'ਚ ਅਕਸਰ ਲੋਕ ਅਜਿਹੀ ਸਥਿਤੀ ਦੌਰਾਨ ਚੀਜ਼ਾਂ ਦੀ ਲੁੱਟ ਕਰ ਲੈਂਦੇ ਨੇ, ਉੱਥੋਂ ਲੈ ਕੇ ਭੱਜ ਜਾਂਦੇ ਨੇ। ਪਰ ਸਥਾਨਕ ਲੋਕਾਂ ਨੇ ਡਰਾਈਵਰ ਦੀ ਮਜਬੂਰੀ ਸਮਝੀ ਅਤੇ ਉਸਦੀ ਮਦਦ ਕੀਤੀ। ਹਾਲਾਂਕਿ ਸੜਕ 'ਤੇ ਚਾਰ ਚੁਫੇਰੇ ਹਰ ਪਾਸੇ ਸੇਬ ਖਿਲਰ ਗਏ ਸੀ, ਉਹਨਾਂ ਨੇ ਮੌਕੇ 'ਤੇ ਉਸਦੀ ਮਦਦ ਕਰਦੇ ਹੋਏ ਸਭ ਸੇਬ ਇਕੱਠੇ ਕੀਤੇ ਅਤੇ ਉਸਦੀ ਮਦਦ ਕੀਤੀ। ਅਤੇ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਗਾਂਹ ਨੂੰ ਬਚਾਉਂਦੇ ਹੋਏ ਇੱਕ ਸੇਬਾਂ ਨਾਲ ਭਰੀ ਹੋਈ ਗੱਡੀ ਡਿਵਾਈਡਰ 'ਤੇ ਜਾ ਚੜ੍ਹਦੀ ਹੈ ਅਤੇ ਉਸ ਤੋਂ ਬਾਅਦ ਗੱਡੀ ਪਲਟ ਜਾਂਦੀ ਹੈ। ਆਪਾਂ ਸ਼੍ਰੀਨਗਰ ਆਉਣ ਡਿਆ ਜੀ ਸੇਬ ਲੈ ਕੇ ਜੀ, ਅਤੇ ਉਹ ਚਾਂਜਾ ਕੋ ਫੁੱਟਬਾਲ ਦੇ ਨਾਗੋਂ ਜੀ ਗਾਈ ਨਿਕਲ ਆਈ ਜੀ। ਹਾਂਜੀ, ਦੂਸਰੀ ਸਾਈਡ 'ਤੇ ਟਿੱਪਰ ਆਉਣ ਡੇ ਜੀ ਰੇਤ ਵਾਲੇ ਜੀ। ਹਾਂਜੀ, ਜੇ ਇੱਧਰ ਨੂੰ ਕਰਦੇ ਫਿਰ ਆਪਣੀ ਸਾਰੀ ਗੱਡੀ ਦਾ ਨੁਕਸਾਨ ਹੈ ਜੀ, ਉਹਨਾਂ ਦਾ ਨਾਲ ਨੁਕਸਾਨ ਹੋਣਾ ਜੀ। ਉਹ ਗਾਈ ਦੇ ਬਚਾਉਣ ਚੱਕਰ ਫੁੱਟਬਾਲ ਨਾਲ ਲੱਗ ਗਈ ਜੀ। ਹਾਂਜੀ ਹਾਂਜੀ, ਮਾਲ ਥੋੜ੍ਹਾ ਜੀ ਸੌਕ ਕਰੇਟ ਹੈ ਜੀ। ਹਾਂਜੀ, ਨਹੀਂ ਨਹੀਂ ਨੁਕਸਾਨ ਇਹੋ ਹੀ ਆ ਜੀ, ਬਸ ਤੁਹਾਡੇ ਸਾਹਮਣੇ ਹੀ ਹੈ ਜੀ।